ਇਹ ਕੱਪੜੇ ਲੋਕਾਂ ਦੇ ਜੋ ਕਿ ਲੋਹੇ ਨਹੀਂ ਬਣਾਉਂਦਾ ਸੀ ਕਹਿੰਦਾ ਖਿੰਦਾ ਵੀ ਆਪਣਾ ਤਨ ਸਿਉਂ ਲੈ ਚੱਤਰ ਮਨ ਦੋ ਅੱਡ ਅੱਡ ਹੋ ਇਹਨੂੰ ਸਿਉਂ ਲੈ ਇਹ ਤਨ ਸਿਉ ਆਪਣਾ ਨਾਮ ਕਰੋ ਮਹਾਰਾਜ ਚਤਨ ਇੱਕ ਰੱਖ ਸਿਉਂ ਕੇ ਰੱਖ ਗਿਆਨ ਨਾਲ ਰੂਪੇ ਸੋਨੇ ਜੀ ਸੂਈ ਰੂਪੇ ਦਾ ਦਾਗਾ ਨਾਮੇ ਕਾ ਚਿਤਾਰ ਸਿਉਂ ਲਾਗਾ ਇੱਥੇ ਲਾ ਸਿਉਂ ਕੇ ਉਹ ਗੱਲ ਕਹਿ ਰਹੇ ਨੇ ਅਸਲ ਚ ਨਾਮਾ ਵੀ ਇਹੀ ਗੱਲ ਕਹਿ ਰਿਹਾ ਕਬੀਰ ਜਿਹੜੀ ਗੱਲ ਕਹਿ ਰਿਹਾ ਨਾਮਾ ਇਹਦੀ ਵਿਆਖਿਆ ਕਰ ਰਿਹਾ ਫਿਰ ਜਿਹੜਾ ਨਾਮਾ ਹੁੰਦਾ ਨਾਮ ਦਾ ਬੀਜ ਹੁੰਦਾ ਉਹਦਾ ਹਰਸ਼ ਮਨ ਲੱਗਦਾ ਸੋਨੇ ਦੀ ਸੂਈ ਨਾਲ ਸੁਰਤਾ ਧਿਆਨ ਉਹ ਸੂਈ ਆ ਚਾਂਦੀ ਦਾ ਧਾਗਾ ਰੂਪੇ ਦਾ ਧਾਗਾ ਗਿਆਨ ਦਾ ਧਾਗਾ ਗਿਆਨ ਕਪਤ ਦਾ ਮਨ ਲੈ ਧਾਗਾ ਗਿਆਨ ਦਾ ਧਾਗਾ ਚਿੱਟਾ ਹੁੰਦਾ ਨਾ ਸੰਤੋਖ ਸੂਤ ਹੈ ਸੰਤੋਖ ਹੈਗਾ ਗਿਆਨ ਵਾਲਾ ਧਾਗਾ ਜੋੜ ਕੇ ਰੱਖ ਇਹਨੂੰ ਚਿੱਤਣ ਸਿਉਂ ਦੇ ਹਲ ਦੇ ਨਾਲ ਇਹਨੂੰ ਹਰੇ ਦਾ ਮੂਲ ਹੈ ਜੀਵ ਦਾ ਜੀਵ ਦਾ ਮੂਲ ਕੀ ਹੈ ਹਰ ਜੀਵ ਦਾ ਮੂਲ ਹਰ ਹਾਂਜੀ ਖਿੰਦਾ ਕੀ ਹੈ ਅਸੀਂ ਗੋਲ ਲਈ ਫਿਰਦਾ ਮਨ ਨੂੰ ਸਿਉਂ ਪਹਿਲਾਂ ਰਾਮ ਕਰੋ ਉਧਾਰ ਦੇ ਮਨ ਨੂੰ ਸਿਉਂਦਾ ਇਹਦੇ ਦਿਨਾਂ ਰੋਜ਼ ਅੱਖ ਟਾਂਕੇ ਲਾਉਣ ਦੇ ਉਹ ਵੀ ਸਿਉਂਦਾ ਜਿਹੜਾ ਪਾਟਿਆ ਹੋਇਆ ਮਨ ਪਾਟ ਬੰਦੀ ਦਾ ਦਾਲ ਹੋਈ ਫਿਰਦੀ ਹੈ ਉਹਨੂੰ ਤਾਂ ਇੱਕ ਕਰਦਾ ਨੀ ਖਿੰਦਾ ਤਾਂ ਇਹਦਾ ਜੜੀ ਜਾਂਦੇ ਉਹਨੂੰ ਸਿਉਂ ਇਹ ਤਨ ਸਿਉਂ ਆਪਣੇ ਰਾਮ ਕਰੋ ਉਧਾਰ ਦੇ ਰਾਮ ਕਰੋ ਉਧਾਰ ਦੇ ਨਾਮ ਦਾ ਆਸਰਾ ਰੱਖ ਗਿਆਨ ਦਾ ਆਸਰਾ ਗਿਆਨ ਦਾ ਆਸਰਾ ਚੋਣੀ ਦੀ ਲੋੜ ਨਹੀਂ ਹੈ ਜੇ ਤੈਨੂੰ ਗਿਆਨ ਦਾ ਆਸਰਾ ਹੁੰਦਾ ਤੈਨੂੰ ਸਮਝ ਹੁੰਦੀ ਫਿਰ ਕੀ ਹੁੰਦੀ ਫਿਰ ਉਹਦੀ ਜਾਣਦਾ ਤਾਂ ਕਹਾਣੀ ਨਾਨਕਾ ਸੱਚੇ ਫਿਰ ਤਾਂ ਇਹ ਹੁੰਦਾ ਉਹਨਾਂ ਉਹ ਲਾਵੇ ਸਾ ਕੋਈ ਤੇ ਪਾਛੇ ਬਚਰੇ ਛੜਿਆ ਤੈਨੂੰ ਕਮਲ ਖਲਾਵੇ ਕਮਲ ਚ ਲਾਵੇ ਗੁਰਮੇ ਸਿਮਰਨ ਕਰਿਆ ਤੈਨੂੰ ਪਤਾ ਨੀ ਹੈ ਉਹਨਾਂ ਨੂੰ ਪਾਲਦਾ ਤੈਨੂੰ ਕਿੱਥੇ ਭੁੱਖਾ ਮਾਰ ਦਿੰਦਾ ਤੈਂ ਝੋਲੀ ਕਿੱਧਰ ਕਿਉਂ ਪਾ ਲਈ ਮੋਢੇ ਚ ਤੈਨੂੰ ਤਾਂ ਜਾਨਵਰ ਆ ਜਾਂਦਾ ਭਰੋਸਾ ਵੀ ਨੀ ਹੈ ਫਿਰ ਤੇਰੇ ਨਾਲ ਤਾਂ ਕੋਈ ਤੇ ਜਾਨਵਰਾਂ ਨੂੰ ਭਰੋਸਾ ਜ਼ਿਆਦਾ ਆਦਮੀ ਨੂੰ ਜਾਨਵਰ ਜਿੰਨਾ ਭਰੋਸਾ ਨਹੀਂ ਹੈ ਜਾਨਵਰਾਂ ਨੂੰ ਜ਼ਿਆਦਾ ਭਰੋਸਾ ਪਰਮੇਸ਼ਰ ਤੇ ਆਦਮੀ ਨੂੰ ਭਰੋਸਾ ਜਾਨਵਰਾਂ ਚ ਡੁੱਬ ਗਈ ਕਿਉਂ ਬੁੱਧਵਾਨ ਹੋ ਗਿਆ ਇਹਦੀ ਅਕਲ ਇਹਨੂੰ ਲੈ ਕੇ ਡੁੱਬ ਗਈ ਉਹ ਜਿਹੜੇ ਕਹਿੰਦੇ ਇਹ ਲਿਟਲ ਨੌਲੇਜ ਇਹ ਜੇ ਡੇਂਜਰਸ ਥਿੰਗ ਇਹਦੀ ਅਕਲ ਇਹਨੂੰ ਖਤਰਨਾਕ ਬਣ ਗਈ ਇਹਦੇ ਵਾਸਤੇ ਅਕਲ ਅਧੂਰੀ ਆ ਕੋਈ ਵਿਦਵਾਨਾ ਕੋਈ ਸਾਇੰਸਦਾਨਾ ਕੋਈ ਸੰਸਾਰ ਦੀ ਅਕਲ ਅਧੂਰੀ ਤਾਂ ਹੀ ਕਹਿੰਦਾ ਉਹਨਾਂ ਦਾ ਸੰਸਾਰ ਦੀ ਅਕਲ ਸੰਸਾਰ ਵਾਸਤੇ ਮੌਤ ਦਾ ਕਾਰਨ ਬਣੀ ਹੋਈ ਹੈ ਜਾਂ ਤਾਂ ਪੂਰੀ ਹੁੰਦੀ ਅਕਲ ਆ ਹੋਵੇ ਉਹ ਚੰਗੀ ਹੈ ਜਾਨਵਰਾਂ ਨੂੰ ਹੈ ਨੀ ਉਹ ਚੰਗੇ ਨੇ ਉਹਨੂੰ ਇਹਦੀ ਅਕਲ ਹੋਣੀ ਇਹਦੇ ਵਾਸਤੇ ਖਤਰਨਾਕ ਹੈ ਇਸ ਵਾਸਤੇ ਇਹਨੂੰ ਗੁਰੂ ਦੀ ਲੋੜ ਹੈ ਜੇ ਸੰਸਾਰ ਨੂੰ ਗੁਰੂ ਨਾ ਮਿਲੇ ਸੰਸਾਰ ਆਪਣੇ ਆਪ ਹੀ ਖਤਮ ਹੋ ਜਾਂਦਾ ਬਾਂਸ ਹੁੰਦੇ ਨੇ ਸਿਰਫ ਬਾਂਸ ਦੇ ਜੰਬਲ ਚ ਆਪਣੇ ਆਪ ਅੱਗ ਲੱਗਦੀ ਔਰ ਕਿਤੇ ਨੀ ਅੱਗ ਲੱਗਦੀ ਆਪਣੇ ਆਪ ਹਵਾ ਤੇਜ਼ ਚੱਲਦੀ ਹੈ ਬਾਂਸ ਆਪਸ ਵਿੱਚ ਖਹਿੰਦੇ ਨੇ ਬਾਂਸ ਬੜਾਈ ਬੂਢਿਆ ਤਾਂ ਹੀ ਕਹਿ ਰਹੇ ਕਬੀਰ ਨੇ ਬਾਂਸ ਉੱਚਾ ਜਾਂਦਾ ਇੱਕ ਦੂਏ ਤੇ ਬਾਂਸ ਨੂੰ ਹੰਕਾਰੀ ਮੰਨਿਆ ਹੋਇਆ ਹੰਕਾਰ ਦਾ ਪ੍ਰਤੀਕ ਹੈ ਮੈਂ ਬੜਾ ਮੈਂ ਬੜਾ ਇਹਨਾਂ ਦੀ ਖਹਿ ਕਹਾਈ ਬੜਿਆਂ ਦੀ ਅੱਗ ਪੈਦਾ ਕਰਦੀ ਹੈ ਲੀਡਰਾਂ ਦੀ ਖਹਿ ਕਹਾਈ ਚੌਕੀ ਨਿਕਲੇ ਕਤਲ ਅੱਗ ਅੱਤਵਾਦ ਇੱਥੋਂ ਹੀ ਨਿਕਲ ਉਹਦੇ ਚ ਨਿਕਲਦਾ ਔਰ ਕਿੱਥੋਂ ਨਿਕਲਦਾ ਇਹ ਬਾਦਸ਼ਾਹ ਚ ਨਿਕਲਦਾ ਬਾਦਸ਼ਾਹ ਦੀ ਖਹਿ ਖਹਾਈ ਚ ਨਿਕਲਦਾ ਇਹ ਬਾਂਸ ਹੈ ਨਾ ਸਾਰੇ ਮੈਂ ਬੜਾ ਬਾਂਸ ਬੜਾਈ ਬੂਢਿਆ ਐਸੇ ਬੂਢੋ ਮਟਕੋਏ ਚੰਦਨ ਕੇ ਨਿਕਲੇ ਬਸੇ ਬਾਂਸ ਵਧਣ ਹੋਏ ਇਹ ਗੁਰੂ ਕੋਲ ਵੀ ਬਸੇ ਇਹਦੇ ਤੇ ਅਸਰ ਹੀ ਨੀ ਪੈਂਦਾ ਗਿਆਨ ਦਾ ਹੰਕਾਰੀ ਤੇ ਕਦੇ ਨੀ ਅਸਰ ਪੈਂਦਾ ਚੰਦੂ ਤੇ ਅਸਰ ਪੈ ਗਿਆ ਚੰਦੂ ਤੇ ਕਦੇ ਅਸਰ ਪਿਆ ਭਾਈਚਾਰਿਆਂ ਤੇ ਕੋਈ ਨਹੀਂ ਅਸਰ ਪਿਆ ਪੜਦਾ ਤੇ ਕੋਈ ਨਹੀਂ ਅਸਰ ਪਿਆ ਭਗਤਾਂ ਦਾ ਕਿਉਂ ਨਹੀਂ ਅਸਰ ਪਿਆ ਕਬੀਰ ਉੱਥੇ ਬੈਠਾ ਕਾਸ਼ੀ ਚ ਉਹਨਾਂ ਤੇ ਕਿਉਂ ਨਹੀਂ ਅਸਰ ਬਾਂਸ ਤੇ ਉਹ ਬਾਂਸ ਦੀ ਅਸਰ ਪੈਂਦਾ ਹੁੰਦਾ
ਬਾਂਸ ਦਾ ਨਹੀਂ ਅਸਰ ਪੈਂਦਾ ਔਰ ਬਾਂਸ ਦਾ ਚਮੜਾ ਆਪੇ ਜਲ ਕੇ ਮਰਦਾ ਹੁੰਦਾ ਜਿਹੜੇ ਬੜੇ ਬੜੇ ਲੀਡਰ ਨੇ ਜਿਨ੍ਹਾਂ ਦੇ ਹੱਥ ਹਕੂਮਤਾਂ ਨੇ ਰਸ਼ੀਆ ਸੀ ਅਮਰੀਕਾ ਸੀ ਉਹ ਆਪ ਵਿੱਚ ਖੈਂਦੇ ਰਹਿਣਾ ਉੱਪਰ ਇਹ ਜੇ ਅੱਗ ਪੈਦਾ ਹੋਣੀ ਹੈ ਸੰਸਾਰ ਨੂੰ ਭਸਮ ਹੋ ਜਾਣਾ ਉਸ ਅੱਗ ਨੂੰ ਬਾਜ ਬਾਕੀ ਜੰਗਲ ਨੂੰ ਵੀ ਜਾਲ ਦਿੰਦੇ ਨੇ ਅੱਗ ਬਾਂਸਾ ਚ ਪੈਦਾ ਹੁੰਦੀ ਹੈ ਪੈ ਤਾਂ ਸਾਰੇ ਜੰਗਲ ਨੂੰ ਜਲਦੀ ਹੈ ਜਾਂ ਬਾਂਸ ਚੱਲਦੇ ਨੇ ਨਹਿਰੀ ਚੱਲਦੀ ਹੈ ਬਾਂਸ ਆਪ ਵਿੱਚ ਖੈਂਦੇ ਨੇ ਨਾ ਨੇੜੇ ਨੇੜੇ ਹੁੰਦੇ ਘੱਸਦੇ ਨੇ ਰਬੜ ਵੱਜਦੀ ਹੈ ਕਹਿੰਦੇ ਵਿੱਚ ਅੱਗ ਪੈਦਾ ਹੋ ਜਾਂਦੀ ਹੈ ਅੱਗ ਉੱਥੋਂ ਪੈਦਾ ਹੁੰਦੀ ਹੈ ਜਦ ਸਾਰਾ ਜੰਗਲ ਜਾਂਦਾ ਬਾਂਸ ਨੇ ਗੁਰਮਤ ਬਚਾਉਂਦੀ ਹੈ ਇਹਨਾਂ ਬਾਂਸਾਂ ਨੂੰ ਵੀ ਖਰੀਦਾ ਨਹੀਂ ਹੁੰਦਾ ਪਹਿਲੀ ਗੱਲ ਤਾਂ ਉੱਚੇ ਜਾਈਦਾ ਨਹੀਂ ਹੁੰਦਾ ਉੱਚੇ ਜਾਓਗੇ ਹਵਾ ਦਾ ਅਸਰ ਪਊਗਾ ਝੋਲਿਆਂ ਦਾ ਨੀਵੇਂ ਰਹੋ ਬਾਂਸ ਜਿੱਦਾਂ ਮਰਜ਼ੀ ਲੰਮਾ ਹੋਵੇ ਨੀਵਾਂ ਰਹੇ ਧਰਤੀ ਤੇ ਵਿਛਕੇ ਰਹੇ ਬਹੁਤ ਬੜੇ ਬੜੇ ਬੜਬੜੀਆਂ ਬੇਲਾਂ ਨੇ ਜਿਹਨਾਂ ਦੀ ਲੰਬਾਈ ਬਹੁਤ ਹੁੰਦੀ ਹੈ ਧਰਤੀ ਤੇ ਪਈਆਂ ਹੁੰਦੀਆਂ ਉਹ ਨਹੀਂ ਚੱਲਦੀਆਂ ਜਿਹਦੀ ਮਰਜ਼ੀ ਹਵਾ ਚੱਲੀ ਜਾਵੇ ਅਗਰ ਲੋਭ ਲਹਿਰ ਚੱਲਦੀ ਹੈ ਬਾਂਸ ਜਿਹੜੇ ਨੇ ਨਾ ਖੈਂਦੇ ਨੇ ਲੋਭ ਲਹਿਰ ਨੂੰ ਕਬਜ਼ੇ ਕਰਨ ਨੂੰ ਤਾਨਾ ਰੂਪ ਪੁਰਾਤਨ ਬੈਰਾ ਇਲਾਕੇ ਦੱਬਣੇ ਤੂੰ ਇਹਦਾ ਧਨ ਖੋਣਾ ਇਹ ਬੈਰਾ ਸੰਸਾਰ ਦੇ ਵਿੱਚ ਤਾਨਾ ਰੂਪ ਪੁਰਾਤਨ ਬੈਰਾ ਤਿਸ ਕਾ ਬੂਹਾ ਜਗਤ ਕਰ ਘੇਰਾ ਇਹਦਾ ਘੇਰਾ ਕਰਦਾ ਕਰਦਾ ਹੀ ਸਾਰਾ ਸੰਸਾਰ ਮਰੀ ਜਾਂਦਾ ਜੀ ਜੀ ਤਾਕਤ ਹੁੰਦੀ ਹੈ ਮੈਂ ਸਾਰੇ ਸੰਸਾਰ ਤੇ ਰਾਜ ਕਰਨਾ ਇਹ ਖਿਆਲ ਜਿਹੜਾ ਹੈਗਾ ਇਹ ਵਿਨਾਸ਼ ਦਾ ਕਾਰਨ ਮੈਂ ਸਾਰੇ ਸੰਸਾਰ ਤੇ ਕਬਜ਼ਾ ਕਰਨਾ ਇਹ ਵਿਨਾਸ਼ ਦਾ ਕਾਰਨ ਜੋ ਕੀ ਨਿਕਲਦਾ ਵਿਨਾਸ਼ ਹਥਿਆਰ ਤਿਆਰ ਕਰਦੇ ਨੇ ਫੌਜ ਤਿਆਰ ਕਰਦੇ ਨੇ ਗੁਆਂਢੀ ਤਿਆਰ ਕਰਦਾ ਇਹ ਸਭ ਕੁਛ ਕੀ ਹੈ ਇਹ ਚੋਂ ਵਿਨਾਸ਼ ਨਿਕਲਦਾ ਹਾਂਜੀ ਐਸਾ ਜੋਗ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਐਸਾ ਜੋਗ ਕਮਾਵੋ ਜੋਗੀ ਐਸਾ ਜੋਗ ਕਮਾਵੋ ਜਪ ਤਪ ਸੰਜਮ ਤਿੰਨੇ ਚੀਜ਼ਾਂ ਦੀ ਤੇਰੀ ਖੁਰਾਕ ਹੋਵੇ ਜਪ ਤਪ ਸੰਜਮ ਦੇ ਵਿੱਚੋਂ ਮਨ ਦੀ ਖੁਰਾਕ ਪੈਦਾ ਹੋਵੇ ਜਪ ਇਹੋ ਜਿਹਾ ਹੋਵੇ ਜੀ ਜੋ ਮਨ ਆਨੰਦ ਹੋ ਜਾਏ ਤਪ ਇਹੋ ਜਿਹਾ ਹੋਵੇ ਜੀ ਜੋ ਮਨ ਤੇ ਮਨ ਰੁਕ ਜਾਵੇ ਤਾਂ ਪੈਸਾ ਚਾਹੀਦਾ ਜਿਹਦੇ ਨਾਲ ਮਨ ਥਿਰ ਹੋ ਜਾਵੇ ਟਿਕ ਜਾਵੇ ਸੰਜਮ ਐਸਾ ਹੋਵੇ ਜਿਹੜਾ ਜਮ੍ਹਾਂ ਹੋ ਜਾਵੇ ਕੁਛ ਗਿਆਨ ਜਮ੍ਹਾਂ ਹੋਵੇ ਸੰਜਮ ਨਾਲ ਜਮ੍ਹਾਂ ਹੋ ਗਿਆਨ ਜਮ੍ਹਾਂ ਜਦ ਹੁੰਦਾ ਜਦ ਉਹਦਾ ਕੋਈ ਮੰਗੇ ਨਾ ਹੋਰ ਕੁਛ ਜੇ ਅਰਦਾਸ ਨਾ ਕਰੇ ਸਤ ਸੰਤੋਖ ਦੇਵੇ ਨਾ ਹੋਰ ਕੋਈ ਅਰਦਾਸ ਨਾ ਕਰੇ ਫਿਰ ਗਿਆਨ ਜੁੜ ਜਾਂਦਾ ਕੋਲ ਫਿਰ ਪੂੰਜੀ ਜੁੜ ਜਾਂਦੀ ਹੈ ਨਹੀਂ ਜੁੜਦਾ ਹੀ ਕੱਖ ਨਹੀਂ ਹੈ ਜੇ ਜਿੰਨੇ ਰਿਕਸ਼ੇ ਵਾਲਿਆਂ ਨੇ ਕਮਾਏ ਰਾਤ ਨੂੰ ਖਰਚਲੇ ਚਾਹੇ ਜੂਆ ਖੇਡਿਆ ਚਾਹੇ ਕਿਸੇ ਵੀ ਤਰੀਕੇ ਨਾਲ ਖਰਚਲੇ ਤੇ ਕੱਲ ਉਹਨੂੰ ਲੋੜ ਪੈ ਗਈ ਬਿਮਾਰ ਹੋ ਗਿਆ ਫਿਰ ਕੀ ਕਰੂਗਾ ਨਿਆਣਾ ਕੋਈ ਬਿਮਾਰ ਹੋ ਗਿਆ ਫਿਰ ਕੀ ਕਰੂਗਾ ਜੁੜੂ ਜਾਵੇ ਜਾਂ ਸੱਜੂ ਨਾ ਚੱਲੂਗਾ ਉਹ ਤੇ ਕੁਛ ਬਚਾਊਗਾ ਜੋ ਅਸੀਂ ਕਰਦਾ ਜਪ ਤਪ ਕਰਦਾ ਕੋਈ ਬਚਾ ਵੀ ਵਿੱਚੋਂ ਖਾ ਵੀ ਤੇ ਬਚਾ ਵੀ ਜਿਹੜਾ ਬਚਾਏਗਾ ਉਹ ਦੇਣਗਾ ਕਿਸੇ ਨੂੰ ਜੇ ਬਚਿਆ ਹੀ ਕੱਖ ਨਹੀਂ ਦੂਏ ਨੂੰ ਕੀ ਚੋਰੀ ਚ ਕੀ ਆ ਫਿਰ ਤੇਰੇ ਵੰਡਣ ਨੂੰ ਕੀ ਆ ਜਪ ਤਪ ਸੱਜਣ ਤੋਂ ਬਿਨਾਂ ਤੇਰਾ ਕੋਈ ਕੰਮ ਨਹੀਂ ਚੋਰੀ ਦਿਵਾ ਦੀ ਹੈ ਚੋਰੀ ਤਾਂ ਕੁਛ ਹੈ ਹੀ ਨਹੀਂ ਦੇਣਗਾ ਕਿਸੇ ਨੂੰ ਕੀ ਤੇਰੀ ਤਾਂ ਕਮਾਈ ਜਪ ਤਪ ਸੱਜਣ ਦੇ ਵਿੱਚ ਹੈ ਨਾ ਲੋਕਾਂ ਦੀ ਕਮਾਈ ਤਾਂ ਖਾਈ ਜਾਂਦੇ ਰੋਟੀ ਉਹਨਾਂ ਨੂੰ ਕੀ ਦੇ ਰਿਹਾ ਇਹ ਭੋਗੀ ਆ ਇਹ ਖਾ ਵੀ ਇਹ ਖਰਾਬ ਵੀ ਇਹ ਆ ਭੁਗਤ ਗਿਆਨ ਭੁਗਤ ਕੀ ਆ ਗਿਆਨ ਖਾਣ ਵਾਲੀ ਚੀਜ਼ ਆ ਗਿਆਨ ਦਿਆ ਕਰ ਝੋਲੀ ਦਿਆ ਦੀ ਝੋਲੀ ਕਰ ਗਿਆਨ ਦਾ ਭੋਜਨ ਵੰਡ ਲੋਕਾਂ ਨੂੰ ਗਿਆਨ ਭੋਜਨ ਆ ਬ੍ਰਹਮ ਗਿਆਨ ਦੀ ਕਾ ਭੋਜਨ ਗਿਆਨ ਜਪ ਤੇਰਾ ਹੋਵੇ ਜੀ ਜੋ ਗਿਆਨ ਮਿਲੇ ਤਪ ਤੇਰਾ ਹੋਵੇ ਆਪਣਾ ਮਨ ਟਿਕਿਆ ਹੋਇਆ ਹੋਵੇ
संजम होवे कि ज्ञान खर्च की गल ना बेचना नहीं है, ज्ञान बेचीदा नहीं होता। पंडित ज्ञान बेचता ना, ज्ञान बेचता ज्ञान गवाया गया, लोग पंडित ज्ञान गवाए, क्यों गवाया गया? ज्ञान गवाया दूजे पाया कर्म गले बिखाया, ज्ञान गवाया दूजे पाया माया की भुख ने ज्ञान गवाता, माया बटे बेचता, गर्म गले अहंकार च गल गया बिखा ली माया बटे गल ली। ये नहीं करना है, संजम करना है। संजम यह बचत करनी है ज्ञान की, ज्ञान बेचना नहीं है, ज्ञान नहीं बेचना। थोड़ा थोड़ा कट्ठा होना भी बतेरा कट्ठा हो जाऊ, थोड़ा 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 कट्ठा होना ता कट्ठा हो जे इसकी स्टार नहीं लाउणी, जे स्टार लाती ना जाके बिजली आए वो फिर रहना कख नहीं पल्ले, फिर कागजे रह जाएंगे पल्ले, बस उही कागजे पल्ले नहीं इन्ने करोड़ का साडा पिया लिटरेचर, कहे लैना है वो लिटरेचर बनी जाने, कागज सारे एक दिन कागजे रह जाने, कागज तो कागजे रह जाते ने बस। क्यों ज्ञान लोगों ने पसंद नहीं करना? यह ज्ञान है वो नहीं, इतना नहीं किसी ने जिदन पढ़ने छड़ता उदन थोड़े कागजे ने बिगड़ पे ने ग्रंथ, पुरानी लिपियां बथेरिया पई ने कागज पे ने कोई नहीं पुछता। दुनिया गांह जा रही है, ज्ञान गांह जा रहा है, पुराने कागजों नहीं फिरोगे किसी के कबले नहीं रहने, वो नहीं कबले रहने। संजम नहीं ना किया, दुकानदारी बना ली। हाँ जी, जप तप संजम गुरमुख भोगी, ऐसा जेड़ा गुरमुख होंदा, गुरमुख होंदा जप तप संजम वो करदा वह भोगी हुंदा, यही खांदा जप तप संजम चो जो मिलता है मन करके वह खांदा, शरीर की लोड़ है पूरी कर लैंदा पत्ते ते, मन की भुख उहदे नाल दूर करदा जप तप संजम नाल। असल जप तप संजम मन की भुख दूर करने वाली चीज है, तो दुनिया की भी भुख दूर कर, यह परपकार है। दुनिया लड़के मरदी है पैसे की भुख करके, पदार्थां की भुख जिहड़ी है दुनिया की मौत का कारण है, झगड़े की जड़ है, बैर विरोध दुनिया का मिटूगा तां जे पैसे की भुख चो खोद दे तू, दुनिया जो तां खोजदा जे अपने अंदरों खोदती। गुरमुख इस गल का भोगी है, भोगी खाण वाला ज्ञान का भोजन उहदा गुरमुख का, ते ज्ञान है वड़दा उहदा असर हो जांदा है। जिहड़ा आप होवे ना संतोखी उहदी गल दा ही असर हुंदा, दूए दा असर हुंदा ही नहीं। हां जी, बुद्ध विभूत चढ़ावो अपनी संगी सुरत मनाई, एक विभूत सुआह मरदा धूड़े दी, हो शरीर नूं मरदा उह विभूता बुद्धि नूं चढ़ाउणे रहे, रोज ज्ञान है ना, रोज उह बुद्धि ते जाण लैणे रोज दा रोज, ਇਹ ਵਿਭੂਤ ਹੈ ਜਿੰਨਾ ਗਿਆਨ ਰੋਜ਼ ਮਿਲਿਆ ਚੜ੍ਹ ਦੋ ਬੁੱਧੀ ਤੇ ਰੋਜ਼ ਉਹ ਵਿਭੂਤ ਦੇਣੀ ਹੈ। ਸਵਾਹ ਧੂੜੇ ਦੀ ਪਾਥੀਆਂ ਇਕੱਠੀਆਂ ਕਰਕੇ ਲੋਕਾਂ ਦੀਆਂ ਲਿਆ ਕੇ ਧੂੜਾ ਲਾ ਕੇ ਲੱਕੜਾਂ ਦੀ ਸਵਾਹ ਮਾਰ ਲੈਂਦੇ, ਵਿਭੂਤ ਹੀ ਲਾਤੀ, ਵਿਭੂਤ ਹੈ। ਬੁੱਧ ਵਿਭੂਤ ਚੜ੍ਹਾਵੋ ਆਪਣੀ ਸੰਗੀ ਸੁਰਤ ਮਿਲਾਈ, ਕਰ ਵਿਰਾਗ ਫਿਰੋ ਤਨ ਨਗਰੀ ਮਨ ਕੀ ਕਿੰਗਰੀ ਬਜਾਈ, ਬਣਿਆ ਹੋਇਆ ਭੂਤ ਆ ਕਹਿੰਦਾ ਵਿਭੂਤ, ਵਿਭੂਤ ਲੱਗਦਾ ਹੈ ਅਸਲ ਦੇ ਵਿੱਚ। विभूत शब्द का अर्थ है भूत, विभूति जो माया नहीं है, विभूति होती जो माया नहीं है, माया का ज्ञान तो परे की गल है ना, माया तो परे की गल तो फिर ज्ञान ही है ना, बुद्धि भी माया तो परे की गल, बुद्धि को दिखाने वाली चीज थोड़ी है, बुद्धि नूं विभूति चलती है, शरीर नूं नहीं चलती होंगी विभूति। बुद्ध विभूत चढ़ावो अपनी, रोज बुद्धि चिट्टी होवे, सिंगी सुरत मिलाई, सिंगी की है सुरत नूं बुलाओ शब्द ना, अंतरात्मा दे विच आउंदा खर वक्त, अंतरात्मा दा है ओ, अंतरात्मा जिहड़ी आवाज है सिंगी है, सुरत विच जोड़ के रखो,
अंतरात्मा ना जोड़ के रख पहली स्टेज उतो अंतरात्मा भी बदली जाने और जे तू आ प्रक्रिया तय कर उसे भी बदल जाने उस शब्द गुरु च बदल जाने कर वैराग फिर तेन लगती मन की किंगरी बजाई ऐसा विराग ए विराग है ऐसा विराग है ऐसा विराग करके तन की नगरी च फिर शरीर की नगरी शरीर के अंदर अपने शरीर तो बाहर नजर अंदर रह तन दे विच नगरी की है हरद है नगरी मन की किंगरी बजाई मन की किंगरी उजूगी फिर किंगरी रूप बजाए जोगी अमतवार हो रहे एक पास चेता एक पास मन है दोवे की तार खिच पैजू जाना जो जुड़ जान गए वो तार फिर बजूगी फिर शब्द प्रगट हो फिर शब्द प्रगट हो पंच तत् लै हिरदे राखो रहे निरालम ताड़ी कहत कबीर सुनो रे संतो धर्म दया कर वाणी पंच तत् श्रवणी तत् परम तत् ज्ञान तत् ज्ञान प्राप्त करो गुरबाणी का ज्ञान तत् वस्तु है गुरबाणी का तत् है जो इन लैके हिरदे च रखो जब इन स्टाल नहीं लाई दी होंगी लै हिरदे रखो रहे निरालम ताड़ी ता करके ताड़ी जी ताड़ी है ना सुरती निरालम रह सकती है संसार तो अलग रह निरालम होंगे संसार तो अलग संसार च रेंदे हुए भी संसार तो वखरे निरालम आलम तो रहत माया तो रहत सारा आलम रहत सारा आलम माया सारा विश्व जड़ा आलम है यह माया ये तो अलग अपने आप ना जुड़ के रहे निरालम ताड़ी ताड़ी का तेरे खड़ी है सुचेत सुचेत रहने ताड़ी कहने के माया ना बने किसे गुंजे दी जे आले दुआले अपने पानी है ना पिंड दे हड़ाया है अपा पिंड दे आले आले तकड़ा बन ला लिया बन दे पानी हैगा चलो उत्ते सिरे थे दी तो थोड़ा जा दो चार फुट थले है फिर भी ध्यान रखना पऊ कि खंडना पै जाए कोई ए राम भी आप जाइए सौ पै जाए खड़ जद पता लगे उठता जा सब कुछ तरदा फिरता हो घर जा बड़े भी चार चार फुट पानी जिन्ना चर पानी बाहर है उन्ना चर ध्यान रखना पऊगा वरना सुचेत रहना पऊगा जब पानी बाहर नहीं रहू फिर जिन्ना चर माया का बाहर पानी है शरीर है उन्ना चर सुचेत रहना पऊगा जो पतली रहे सुचेत तीनों बलैर का की पता कल उठ खड़े हाँ जी पंच तत् लै हिरदे रखो रहे निरालम ताड़ी ओदे विच पंच तत् दे विच कुछ होर ला दे माया दी गल जे घ्यो प्योर हो गए साडे कोल उच मखड़ी नहीं पाई दी होंगी ताड़े हो घ्यो च मखड़ी का फिर ताड़ के चंगी तरह ओदी लस्सी लुस्सी फूक के पाई दी है तत् अड रख्या होया उच मखड़ी सीधी नहीं पाई दी होंगी वह भी ताड़ के पाई दी है नहीं सारा ही खराब कर दू घ्यो भी बदबू आने लग जाए वो ताड़ के जेल चो बखड़ी चा बदबू आने लग जाती है चौथे दिन गर्मिया तत्तीवे दिन आने लग जाती है खट्टापन बदबू आने लग जाती है चो बखड़ी चा जिन्हें कहते सर तो माखण खाया माखण चो भी बदबू आने लग जाए ताजा ताजा खा ले तो सवाल है जे बेहा जो खराब है पानी हों खटास होंगी है लस्सी की खटास होंगी है पूरी खटास जाल के फिर रखी दू कह पंच तत् बखर नहीं गया बखर नहीं गया बखर तो ताजा खाने वाली चीज है बखर खा के हजम करना है संतो माखण खा के हजम नहीं कर दो हजम करके हजम कर दा ना ताल लो हजम करके गां जो जाके निकल तत् है मतलब खाया है पल्ले पासे जाके जा निकल खाता होगा सत
ਉਹਦੇ ਵੀ ਜਿਹੜੀ ਖਟਾਸ ਕਦੂਰ ਹੈ ਬਾਹਰ ਨਿਕਲ ਜਾਂਦੀ ਹੈ। ਸੋਧਤ 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 ਤਿੰਨ ਸਟੇਜਾਂ ਵੱਖਰ ਦੀ ਉਹਨੇ ਸੋਧਤ ਫਿਰ ਦੂਆਂ ਨੂੰ ਸੋਧਤ ਫਿਰ ਸੀਜਿਆ ਗੁਰਪ੍ਰਸਾਦ ਤੱਤ ਸਭ ਤਾਂ ਤੱਤ ਬੁੱਝਣ ਪਿਆ ਕਿਤੇ ਜਾ ਕੇ ਤਿੰਨ ਸਟੇਜਾਂ ਦਾ ਪਹਿਲਾਂ ਜੋ ਸਮਝਿਆ ਪਹਿਲਾਂ ਉਹਦੀ ਸ਼ੁੱਧ ਕਰਦੀਆਂ ਨੇ ਚੌਥੀ ਸਟੇਜ ਤੇ ਜਾ ਕੇ ਗੱਲ ਬਣਦੀ ਚੌਥੀ ਤੇ ਜਾ ਕੇ ਤੁਰਿਆ ਪੈਦਾ ਚੌਥੀ ਤੇ ਜਾ ਕੇ ਪਵਿੱਤਰ 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 ਫਿਰ ਪੁਨੀਤ ਹੈ ਜਿਹੜਾ ਪੁਨੀਤ ਹੈ ਉਹ ਹੈ ਤੱਤ ਪੁਨੀਤ ਤੱਕ ਤੱਤ ਨਹੀਂ ਹੈ ਪੁਨੀਤ ਤੱਕ ਗਿਆਨ ਹੈ ਪਵਿੱਤਰ 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 ਤੱਕ ਗਿਆਨ ਹੈ ਪੁਨੀਤ ਹੋ ਗਿਆ ਤੱਤ ਗਿਆਨ ਹੋ ਗਿਆ ਤੱਤ ਗਿਆਨ ਤਿਸ ਮਨ ਪ੍ਰਗਟ ਆਇਆ ਜਿਸ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਿੰਨ ਸਟੇਜਾਂ ਦਾ ਪੱਕਾ ਵਿਸ਼ਵਾਸ ਹੈ ਪੱਕਾ ਹੁੰਦਾ ਜਦ ਪੱਕਾ ਵਿਸ਼ਵਾਸ ਹੋ ਗਿਆ ਫਿਰ ਤੱਤ ਗਿਆਨ ਫਿਰ ਤੱਤ ਗਿਆਨ ਫਿਰ ਪੁਨੀਤ ਬਣ ਜਾਂਦਾ ਫਿਰ ਪੁਨੀਤ ਬਣ ਜਾਂਦਾ ਜਦ ਰਾਮਦੇਵ ਪੈਰੋਂ ਬੇੜੀ ਹੱਥੋਂ ਤਾਲ ਵਜਾਉਣ ਲੱਗ ਗਿਆ ਨਾ ਉਦੋਂ ਪ੍ਰੀਤ ਹੋਇਆ ਉਹ ਪਹਿਲਾਂ ਤਾਂ ਕਹਿ ਰਿਹਾ ਜਦੋਂ ਆਏ ਕਿਰਪਾ ਮੁਰਤਲੀ ਅਜੇ ਤਾਂ ਆਸਰਾ ਸੀਗਾ ਕਿਰਪਾ ਮੁਰਤਲੀ ਦੀ ਫਿਰ ਫਿਰ ਨਹੀਂ ਆ ਸਕੀ ਫਿਰ ਭਰੋਸਾ ਹੋਇਆ ਕਿਰਪਾ ਬੜੀ ਤੁਲੀ ਹੈ ਤੇਰੇ ਅੰਦਰੋਂ ਪੈਦਾ ਹੋਇਆ ਤੈਨੂੰ ਕੋਈ ਮਾਰ ਸਕਦਾ ਹੀ ਨਹੀਂ ਫਿਰ ਅਵਸਥਾ ਬਦਲੀ ਹੈ ਉਦੋਂ ਤੱਕ ਤਾਂ ਆਇਆ ਜੋ ਅੱਜ ਹੁਣ ਆਇਆ ਕਿਰਪਾ ਮੁਰਤਲੀ ਕਹਿ ਰਿਹਾ ਉਦੋਂ ਕਿਸੇ ਦੀ ਮਦਦ ਦੀ ਲੋੜ ਹੈ ਕਿਰਪਾ ਮੁਰਤਲੀ ਕਾਹਨੂੰ ਕਿਤੋਂ ਆਇਆ ਅੰਦਰੋਂ ਹੀ ਆਇਆ ਪਾਖੰਤਨ ਬਾਜ ਬਜਾਏ ਲਾ ਜਦ ਕਹਿੰਦਾ ਗਲ ਚਲੇ ਗੋਬਿੰਦ ਆਏ ਲਾ ਗਲ ਤਾਂ ਤੇਰੇ ਅੰਦਰ ਆ ਫਿਰ ਗਲ ਕਿੱਥੇ ਸੀ ਬਾਹਰ ਗਲ ਤਾਂ ਗਿਆਨ ਹੀ ਸੀ ਉਹ ਕੋਲ ਗਿਆਨ ਸੀ ਉਹੀ ਤਾਂ ਗਲ ਸੀ ਅੰਦਰਲਾ ਗਿਆਨ ਹੈ ਗਲ ਬਣੇ ਉਹਦੇ ਜੋ ਪੈਦਾ ਹੋਇਆ ਉਹ ਜੋ ਬਾਜ ਆਵਾਜ਼ ਪੈਦਾ ਹੋਈ ਹੈ ਬਾਜ ਹੋਰ ਬਜਾਏ ਲਾ ਕੀ ਹੈ ਆਵਾਜ਼ ਪੈਦਾ ਹੋਈ ਉਹ ਚੋਂ ਉਹ ਬਰੂਰ ਨੂੰ ਲੱਗ ਪਈ ਹੈ ਗੋਲਾ ਗਿਆਨ ਦਾ ਚੱਲ ਗਿਆ ਬਸ ਨਿਰਭੈ ਹੋ ਗਿਆ ਨਿਰਭੈ ਹੋ ਗਿਆ ਉਹ ਗਿਆਨ ਸੀ ਪਹਿਲਾਂ ਜਦ ਅੱਗ ਪੈ ਗਈ ਫਿਰ ਉਹਦਾ ਰੂਪ ਹੀ ਬਦਲ ਗਿਆ ਉਹ ਬਰੂਰ ਦਾ ਜਿਹੜਾ ਅੱਗ ਪਈ ਦੇ ਬਾਅਦ ਰੂਪ ਬਦਲਿਆ ਉਹ ਚੌਥੀ ਸਟੇਜ ਹੈ ਬਸ ਜਿੰਨਾ ਚਿਰ ਬਾਰੂਦ ਹੈ ਗਿਆਨ ਉਨਾ ਚਿਰ ਹੋਰ ਕੁਛ ਹੈ ਜਦ ਅੱਗ ਪਈ ਬਾਰੂਦ ਬਰੂਦ ਜਲ ਗਿਆ ਮਿੱਟੀ ਮਿੱਟੀ ਰਹਿ ਗਈ ਅਸਲ ਚੀਜ਼ ਜਲ ਗਈ ਅੱਗ ਅੱਗ ਬਰੂਦ ਲਿਪਊ ਬਾਕੀ ਜਿਹੜੇ ਹੋਰ ਮਿਲਾਵਟ ਸੀ ਨਾ ਉਹ ਰਹਿ ਗਈ ਅਲੱਗ ਸਵਾ ਰਹਿ ਗਈ ਉਹ ਹੈ ਪੁਨੀਤ ਉਹ ਚੀਜ਼ ਪੁਨੀਤ ਹੈ ਜਾਂ ਘਿਓ ਉਤਾਰਦੇ ਹਾਂ ਛਿੱਦੀਆਂ ਥੱਲੇ ਆ ਜਾਂਦੀਆਂ ਨੇ ਜਾਂ ਭੁੱਲਦੇ ਹੋ ਥੱਲੇ ਆ ਗਿਆ ਨਾ ਬਾਹਰ ਸੀ ਵੱਖਰੀ ਹੋ ਗਈ ਕੋਈ ਜਲ ਗਈ ਕੋਈ ਥੱਲੇ ਵੱਖਰੀ ਰਹਿ ਗਈ ਹਾਂਜੀ ਪੰਚ ਤੱਤ ਲੈ ਹਿਰਦੇ ਰੱਖੋ ਰਹੇ ਨਿਰਾਲਮ ਤਾੜੀ ਪੰਚ ਤੱਤ ਲੈ ਹਿਰਦੇ ਰੱਖੋ ਪੰਚ ਤੱਤ ਕੀ ਹੈ ਆਹ ਤੱਤ ਗਿਆਨ ਇਹਨੂੰ ਲੈ ਕੇ ਹਿਰਦੇ ਚ ਰੱਖਣਾ ਹੈ ਹਿਰਦੇ ਰੱਖੋ ਰਹੇ ਨਿਰਾਲਮ ਤਾੜੀ ਤਾੜੀ ਫਿਰ ਨਿਰਾਲਮ ਰਹਿੰਦੀ ਹੈ ਗਿਆਨ ਕਾ ਬੰਦਾ ਮਨ ਤਾਂ ਹੀ ਰਹਿੰਦਾ ਨਾ ਇਹੀ ਗਿਆਨ ਕਾ ਬੰਦਾ ਇਹੀ ਆ ਗਿਆਨ ਮਨ ਨੂੰ ਬੰਨਦਾ ਹੋਰ ਨੀ ਗਿਆਨ ਬਣ ਸਕਦਾ ਮਨ ਨੂੰ ਆ ਪੰਚ ਤੱਤ ਵਾਲਾ ਗਿਆਨ ਮਨ ਨੂੰ ਬੰਨਦਾ ਇੱਥੇ ਆ ਕੇ ਪਹਿਲੇ ਸਟੇਜ ਚ ਨੀ ਬਣਦਾ ਮਨ ਗਿਆਨ ਨੂੰ ਹਾਂ ਇੱਥੇ ਆ ਕੇ ਬੰਨ ਹੁੰਦਾ ਮਨ ਪਹਿਲਾਂ ਨੀ ਬੰਨ ਹੁੰਦਾ ਹੈਗਾ ਕਹਿਤ ਕਬੀਰ ਸੋਰੇ ਸੰਤੋ ਧਰਮ ਦਿਆ ਕਰ ਵਾੜੀ ਕਹਿਤ ਕਬੀਰ ਸੋਰੇ ਸੰਤੋ ਕਬੀਰ ਸੰਤਾਂ ਨੂੰ ਉਪਦੇਸ਼ ਕਰਦਾ
संत धान पढ़ने सारे अरे अग्ञानी भी ने उपदेश अग्ञानी तो करी दे ज्ञानवान नहीं होंगे संत अग्ञानी ने आप भी संतान ने विचल गया सी कबीर वो संत है स्वामी रामानंद तो स्वामी रामानंद बिच लै लिया असर च स्वामी रामानंद कह रहे सुनो रहे संतो संतान उपदेश करना मतलब स्वामी रामानंद टारगेट है सब तो बड़ा संत स्वामी रामानंद है स्वामी रामानंद वाले इशारा है सीधा ए कर्म दया करबाड़ी कर्म दया की बाड़ी चाहिए तेरी बगीची चाहिए धर्म की बगीची च देर की इच्छा चाहिए कुछ दया देना ही देना जी कवन काज सिरजे जग पीतर जन्म कवन फल पाया भव नित तन तारन चिंतामणि एक निमख ना ए मन लाया कवन काज सिरजे जग पीतर जग पीतर जन्म कवन फल पाया जन्म कवन फल पाया यह सवाल किया कबीर ने सारे संसार नू बिचे संतां नू बिचे पंडतां नू जिन्हां धार्मिक बंदे ने सारे धर्म च लगे ने सारे संसार दे अगे सवाल रखे बई की लोड़ थी तुहाडी बई तुहानू जिहड़ा जन्म दिता है साडा जिहड़ा सिरजणा कीती है संसार दी सारे दी इहदे पिछे लोड़ की सी कवन काज ਕਿਹੜੇ ਕੰਮ ਖਾਤਰ ਸਦੀ ਸਾਰੀ ਸ੍ਰਿਸ਼ਟੀ ਸਾਜੀ ਹੈ ਪਰਮੇਸ਼ਰ ਨੇ ਔਰ ਜਿਹੜਾ ਸਾਨੂੰ ਮਨੁੱਖਾ ਜਨਮ ਲਿਆ ਮਿਲਿਆ ਇਹਦੇ ਚ ਅਸੀਂ ਕੀ ਫਲ ਪਾਇਆ ਉਹ ਦੱਸੋ ਫਲ ਤਾਂ ਕਿਸੇ ਨੂੰ ਕੋਈ ਪਾਇਆ ਹੀ ਨਹੀਂ ਫਲ ਉਹ ਹੁੰਦਾ ਫਲ ਕਿਹਨੂੰ ਕਹਿੰਦੇ ਜਿਹੜਾ ਮਨ ਵੇਲੇ ਨਾਲ ਜਾਵੇ ਰਹੇ ਕੋਲ ਮਨ ਸਮੇਂ ਮਨ ਤੋਂ ਬਾਅਦ ਵੀ ਨਾਲ ਰਹੇ ਉਹ ਫਲ ਹੁੰਦਾ ਜਦੋਂ ਕਿਉਂਕਿ ਫਲ ਦਾ ਆਤਮਾ ਨੂੰ ਸੰਬੰਧ ਹੈ ਆਤਮਾ ਨੇ ਜੇ ਫਲ ਪਾਇਆ ਤਾਂ ਕੋਲ ਰਹੂਗਾ ਸਰੀਰ ਦੇ ਫਲ ਕੋਲ ਨਹੀਂ ਰਹਿੰਦੇ ਸਰੀਰ ਦੇ ਫਲ ਪਹਿਲਾਂ ਤਾਂ ਔਲਾਦ ਹੈ ਇਹਦੀ ਕੋਲ ਰਹਿੰਦੀ ਨਾ ਰਹਿੰਦੀ ਆਪਣੇ ਸਰੀਰ ਤੋਂ ਤਾਂ ਔਲਾਦ ਪੈਦਾ ਹੋਈ ਹੈ ਇਹਦਾ ਹੋਰ ਫਲ ਕੀ ਹੈ ਪੇੜ ਨੂੰ ਫਲ ਲੱਗਦਾ ਉਹ ਬਾਕੀ ਦਾ ਖੁਰਾਕ ਹੈ ਫਲ ਨਹੀਂ ਹੈਗਾ ਕੋਈ ਵੀ ਹੋਰ ਅਸੀਂ ਗਾਂ ਮੱਝਾਂ ਹੁੰਦੀਆਂ ਨੇ ਉਹਨੂੰ ਕਹਿੰਦੇ ਫਲ ਕੀ ਹੈ ਇਹਦੇ ਮਗਰ ਬੱਚੇ ਨੂੰ ਇਹਦੇ ਨੂੰ ਫਲ ਕਹਿੰਦੇ ਨੇ ਫਲ ਕੀ ਹੈ ਜੋ ਪੇੜ ਨੂੰ ਲੱਗਿਆ ਉਹੀ ਫਲ ਹੈ ਸਰੀਰ ਪੇੜ ਨੂੰ ਕੀ ਫਲ ਲੱਗਿਆ ਬੱਚੇ ਫਿਰ ਉਹ ਨਾਲ ਲੈ ਜੂ ਕੋਈ ਵੱਖਰੇ ਨਾਲ ਦੇ ਸੰਸਾਰ ਦਾ ਕੋਈ ਫਲ ਦਾ ਸਾਡੇ ਨਾਲ ਸੰਬੰਧ ਨਹੀਂ ਹੈ ਮਾਇਆ ਦਾ ਮਾਇਆ ਤਾਂ ਪਰੇ ਦਾ ਜਿਹੜਾ ਫਲ ਹੈ ਉਹਦੀ ਗੱਲ ਕਰ ਰਿਹਾ ਕਬੀਰ ਇਹ ਤਾਂ ਅਵਰ ਕਾਜ ਨੇ ਜਿਹੜੇ ਇਹ ਸੰਸਾਰ ਦੀ ਮਾਇਆ ਹੈ ਇਹ ਸਰੀਰ ਵਾਸਤੇ ਫਲ ਸਰੀਰ ਨੂੰ ਲੱਗਣੇ ਨਾ ਉਹ ਫਲ ਨਹੀਂ ਹੈ ਉਹ ਗਿਆਨ ਫਲ ਲੱਗ ਗਿਆ ਨਾਨਕ ਗੁਰ ਸੰਤੋਖ ਰੁੱਖ ਧਰਮ ਫੁੱਲ ਫਲ ਗਿਆਨ ਜੋ ਗਿਆਨ ਦੀ ਪ੍ਰਾਪਤੀ ਕੀਤੀ ਹੈ ਉਹ ਫਲ ਹੈ ਜੇ ਅੰਦਰੋਂ ਗਿਆਨ ਪੈਦਾ ਹੋਇਆ ਫਲ ਹੈ ਆਪਣੇ ਅੰਦਰੋਂ ਆਪਣਾ ਬੂਟਾ ਪੈਦਾ